ਸਾਰੇ ਖੇਡਦੇ ਨੇ ਕੌਡੀ ਟਿਕ ਟਿਕ ਕੇ, ਅੱਜ ਦੇਖਦੇ ਆ ਕਿਹਦੇ ਵਿੱਚ ਦਮ ਮਿੱਤਰੋ ਤੇ ਕਿਹੜਾ ਜਾਂਦਾ ਹੈ ਜਿੱਤ ਕੇ। ਐਨ ਦਮਦਾਰ ਦੀਆਂ ਗੱਲਾਂ ਲਓ। ਝੰਡੀ ਵਾਲਾ ਐ ਸਮੇਂ ਸੁੱਖਾ ਹਲਕਾ ਟੱਚ ਕੀਤਾ ਹੈ ਔਰ ਅੰਕ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਚਲੋ ਸੋਹਣਿਆ ਪਾ ਕਬੱਡੀ ਨੌਜਵਾਨ ਹੈ, ਲਓ ਫਤਿਹਗੜ੍ਹ ਕਰੋਟਾਣਾ ਦੀ ਤਰਫੋਂ ਐ ਸਮੇਂ ਪਤਲਾ ਪਤੰਗ ਜਿਹਾ ਸਰੀਰ ਹੈ ਇਸ ਖਿਡਾਰੀ ਦਾ ਕਿ ਹਲਕਾ ਜਿਹਾ ਵਜਨ ਮੁੰਡੇ ਦਾ ਰਬੜ ਵਾਂਗ ਲਚਕੀਲਾ ਏ, ਰੇਡਾ ਪਾਉਂਦਾ ਤੋਰਾਂ ਤੁਰਦਾ ਤੁਰੇ ਜੋ ਨਾਗ ਨਸ਼ੀਲਾ ਏ। ਲਓ ਸਾਹਮਣੇ ਆਪਾਂ ਵੇਖਾਂਗੇ ਵੀ ਦੋਨੇ ਜਿਹੜੇ ਗਿੱਟੇ ਕੈਚ ਹੋ ਚੁੱਕੇ ਹੈ ਔਰ ਕੈਂਚੀ ਪੈ ਚੁੱਕੀ ਹੈ। ਮੁਕਾਬਲਾ ਪੂਰਾ ਜਿਹੜਾ ਸਖਤ ਹੈ, ਫੌਜੀ ਭੈਣੀ ਵਾਲਾ ਕਰਦਾ ਫੈਸਲੇ। ਅੰਕ ਜਿਹੜਾ ਇਸ ਸਮੇਂ ਝੰਡੀ ਦੀ ਟੀਮ ਦੇ ਹਿੱਸੇ ਜੁੜ ਚੁੱਕੇ ਹੈ। ਲਓ ਝੰਡੀ ਵਾਲਾ ਜੱਸਾ ਇੱਕ ਜੱਸ ਕਹਿੰਦੇ ਵੀ ਗਗੜੇ ਦਾ ਬੜਾ ਮਸ਼ਹੂਰ ਖਿਡਾਰੀ ਰਿਹਾ ਔਰ ਦੇਖਦੇ ਆ ਵੀ ਸਾਹਮਣੇ ਆ ਝੰਡੀ ਵਾਲਾ ਜੱਸਾ ਭਾਰਾ ਸਰੀਰ ਹੈ, ਉਧਰ ਟੈਕਨੀਕਲ ਪੁਆਇੰਟ ਡਬਲ ਟੱਚ ਇਹ ਰੇਡਰ ਦੇ ਹਿੱਸੇ। ਇਸ ਪੁਆਇੰਟ ਦਾ ਜੋ ਵਾਧਾ ਹੋ ਚੁੱਕਿਆ ਹੈ, ਇਸ ਅੰਕ ਦਾ ਵਾਧਾ ਜਿਹੜਾ ਝੰਡੀ ਦੀ ਟੀਮ ਦੇ ਲਈ ਹੈ। ਲਓ ਫਤਿਹਗੜ੍ਹ ਦੀ ਤਰਫੋਂ ਕਾਲੀ ਅਗਲੀ ਕਬੱਡੀ ਪਾ ਰਿਹਾ ਹੈ। ਰੋਡਿਆਂ ਦੀ ਟੀਮ ਪੁੱਜੀ ਦੱਸ ਚੁੱਕੇ ਦੱਸ ਦੇਣ ਰੋਡੇ ਕਲੱਬ ਦੀ ਟੀਮ ਜਲਦੀ ਦੇ ਨਾਲ ਟੈਂਟ ਵਾਲੇ ਵੀਰਾਂ ਨੂੰ ਬਾਈ ਜੀ ਪਾਣੀ ਸਟੇਜ ਤੇ ਪਹੁੰਚਦਾ ਕਰੋ ਜੀ। ਟੈਂਟ ਵਾਲੇ ਵੀਰਾਂ ਨੂੰ ਰੋਡਿਆਂ ਦੀ ਟੀਮ ਆਪਣੀ ਤਿਆਰੀ ਫੜ ਕੇ ਬਿਲਕੁਲ ਵੇਟਿੰਗ ਰੂਮ ਦੇ ਵਿੱਚ ਪੁੱਜੇ। ਇਸ ਤੋਂ ਅਗਲਾ ਮੈਚ ਉਹਨਾਂ ਦਾ ਰੱਜੀਆਣੇ ਦੇ ਨਾਲ ਖੇਡਿਆ ਜਾਣਾ ਹੈ। ਸੋ ਰੋਡਿਆਂ ਦੀ ਟੀਮ ਨੂੰ ਬੇਨਤੀ ਹੈ ਵੀ ਆਪਣੀ ਤਿਆਰੀ ਫੜ ਲੈਣ। ਭਾਗਪੁਰ ਗਗੜਾ ਤੇ ਖੋਸਰ ਧੀਰ ਦੀਆਂ ਟੀਮਾਂ ਇਹ ਵੀ ਸਾਰੀਆਂ ਟੀਮਾਂ ਆਪਣੀ ਤਿਆਰੀ ਫੜਨ ਗਈਆਂ। ਜਿਹੜੀਆਂ ਜਿਹੜੀਆਂ ਟੀਮਾਂ ਨੂੰ ਅਸੀਂ ਸੱਦਾ ਦੇ ਰਹੇ ਹਾਂ, ਸੋ ਸਾਰੀਆਂ ਟੀਮਾਂ ਆਪਣੀ ਤਿਆਰੀ ਫੜ ਲੈਣ। ਇਧਰ ਕਾਲੀ ਕਬੱਡੀ ਪਾ ਰਹੇ ਹੈ, ਪਹਿਲਾਂ ਗੱਟਾ ਫੜਨ ਦੀ ਕੋਸ਼ਿਸ਼ ਕੀਤੀ ਹੈ, ਮੁੰਡਾ ਭੱਜਿਆ ਜਾਂਦਾ। ਆਓ ਵੇਖੋ ਸਾਹਮਣੇ ਕਾਲੀ ਪੁਆਇੰਟ ਜਿਹੜਾ ਫਤਿਹਗੜ੍ਹ ਕਰੋਟਾਣਾ ਦੀ ਟੀਮ ਦੇ ਲਈ ਜੋੜਦਾ ਹੋਇਆ ਹੈ। ਚੱਲ ਵੀ ਸੋਹਣਿਆ ਪਾ ਕਬੱਡੀ ਇਸ ਸਮੇਂ ਜੱਸਾ ਕਬੱਡੀ ਪਾ ਰਿਹਾ ਹੈ ਕਿ ਗੁਰਲਾਲ ਜੱਸਾ ਸਿੱਧਵਾਂ ਗੁਰਜੀਤ ਤੂਤ ਅਨਮੋਲ ਹੀਰੇ ਲੱਗਦੇ ਜੰਦੂ ਜੋਗੀ ਸੰਦੀਪ ਸੁਰਖਪੁਰ ਦਾ ਚੜ੍ਹਦੀ ਉਮਰ ਚ ਕਮਾਲ ਕਰਦੇ ਜੀਤੀ ਕੁੰਨਰ ਪੱਪੂ ਚੂੜ ਚੱਕਦਾ ਜੰਜੂਏ ਨਾਖ ਮੱਲਾ ਪੱਟ ਫੱਟੇ ਚੱਕਦਾ ਬੱਬੂ ਪੰਮਾ ਬਿੱਕਾ ਕੱਦ ਸਰੋਂ ਵਰਗੇ ਜੱਸਾ ਰਾਣਾ ਪੰਡਾਲ ਦੋਨਾਂ ਨੂੰ ਮਸ਼ਹੂਰ ਕਰਦੇ ਅਜਮੇਰ ਤੇ ਸਿੱਧਵਾਂ ਦਾ ਲੱਡੂ ਨੰਬਰ ਲੈ ਬਣਦੇ ਹਵਾ ਮਿੱਤਰੋ ਕਬੱਡੀ ਖੇਡਦੇ ਰਹਿਣ ਗੱਭਰੂ ਤੇ ਲੱਗੇ ਨਾ ਤੱਤੀ ਵਾਹ ਮਿੱਤਰੋ ਤੇ ਲੱਗੇ ਨਾ ਤੱਤੀ ਵਾਹ ਮਿੱਤਰੋ ਮਾਲਕ ਮੇਰਾ ਭਰਿਆ ਸਿਰ ਤੇ ਹੱਥ ਰੱਖੇ ਇਹਨਾਂ ਖਿਡਾਰੀਆਂ ਦੇ ਔਰ ਅੰਕ ਜਿਹੜਾ ਇਸ ਸਮੇਂ ਇਹ ਫਤਿਹਗੜ੍ਹ ਦੀ ਟੀਮ ਦੇ ਹਿੱਸੇ ਜੁੜ ਚੁੱਕੇ ਹੈ ਔਰ ਜਿੰਨੇ ਵੀ ਸਾਡੇ ਵੀਰ ਤਾਨਾ ਪਾ ਰਹੇ ਹੈ ਆਪਾਂ ਧੰਨਵਾਦ ਕਰਦੇ ਹੈ। ਚਾਹੇ ਫਸਟ ਸਟੇਜ ਦੀ ਗੱਲ ਹੈ ਚਾਹੇ ਸੈਕੰਡ ਸਟੇਜ ਦੀ ਗੱਲ ਹੈ ਸਾਰੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਸਾਹਮਣੇ ਝੰਡੀ ਵਾਲਾ ਇਸ ਸਮੇਂ ਦੀਪਾ ਕਬੱਡੀ ਪਾ ਰਿਹਾ ਹੈ, ਇੱਕ ਦੀਪਾ ਘੋਲੀਏ ਦਾ ਬੜਾ ਮਸ਼ਹੂਰ ਹੈ ਔਰ ਦੂਸਰੇ ਪਾਸੇ ਤਾਰ ਮੇਰੇ ਵੀਰੇ ਜੱਫਾ ਨਹੀਂ ਲਾ ਸਕਿਆ ਔਰ ਦੀਪਾ ਝੰਡੀ ਵਾਲਾ ਅੰਕ ਆਪਣੀ ਟੀਮ ਦੇ ਹਿੱਸੇ ਜੋੜ ਚੁੱਕੇ ਹੈ। ਮੈਚ ਸਮਾਪਤ ਹੈ ਜੀ। ਝੰਡੀ ਦੀ ਟੀਮ ਜੇਤੂ ਟੀਮ ਹੈ ਇਸ ਮੁਕਾਬਲੇ ਵਿੱਚੋਂ, ਝੰਡੀ ਦੀ ਟੀਮ ਜੇਤੂ ਹੈ। ਰੋਡੇ ਕਲੱਬ ਦੀ ਟੀਮ ਜਲਦੀ ਮੈਦਾਨ ਦੇ ਵਿੱਚ ਐਂਟਰ ਕਰੇ। ਰੋਡੇ ਕਲੱਬ
ਬਾਈ ਤਰਸੇਮ ਸਿੰਘ ਕਾਪੀ ਮੰਗਾਲਾ ਬਾਈ ਦੋ ਕਾਪੀਆਂ ਧਰਮ ਸਿਉਣਾ ਸਵਾਰ ਕਰਕੇ ਆਉਂਦਾ ਜੱਸੀ ਬਾਈ ਜੀ ਕਿੱਥੇ ਸਾਡੀ ਆਵਾਜ਼ ਸੁਣਦਾ ਸਾਫ ਸੰਗ ਸੋਢੀ ਦਾ ਮੁੰਡਾ ਜੱਸੀ ਕਿਰਪਾ ਕਰਕੇ ਸਟੇਜ ਤੇ ਪਹੁੰਚੇ ਜੱਸੀ ਇਧਰ ਕੰਨਾਂ ਦੇ ਨਾਲ ਇੱਟਾਂ ਚੱਕ ਰਿਹਾ ਸਾਡਾ ਵੀਰ ਆਪਾਂ ਉਹਦਾ ਵੀ ਧੰਨਵਾਦ ਕਰਦੇ ਹੈ ਰੋਡੇ ਕਲੱਬ ਦੀ ਟੀਮ ਜੇ ਪੁੱਜੀ ਤਾਂ ਆ ਚੁੱਕਿਆ ਆ ਗਈ ਜੀ ਰੋਡੇ ਵਾਲੇ ਉਹ ਫਾਈਨਲ ਵਾਲਾ ਮੈਚ ਹੈ ਗੋਰਾ ਸਿੰਘ ਕਰਾਂਦ ਕੇ ਜਿਹੜੇ 75 ਕਿਲੋ ਤੋਂ 63 ਕਿਲੋ ਰਹਿੰਦੇ ਤੋਂ ਬਾਅਦ ਆਪਣੇ ਪਿੰਡ ਵਾਲੇ ਪੁੱਛੋ ਕਰਾਂਦ ਕੇ ਫਾਈਨਲ ਵਾਲੇ ਦੋ ਮੈਚ ਰਹਿੰਦੇ ਆਪਣੇ 75 ਕਿਲੋ ਤੋਂ 63 ਕਿਲੋ ਰੋਡਿਆਂ ਦੀ ਟੀਮ ਸੈਂਟਰ ਲੈਣ ਤੇ ਆਵੇਗੀ ਬਸੰਤ ਸਿੰਘ ਇਹ ਤੋਂ ਬਾਅਦ ਨਾ ਇਸ ਰਾਊਂਡ ਤੋਂ ਬਾਅਦ 75 ਕਿਲੋ ਵਾਲਾ ਤੇ 63 ਕਿਲੋ ਵਾਲੇ ਦੋਨੇ ਫਾਈਨਲ ਕਰਾ ਦਿਓ ਠੀਕ ਹੈ ਜੀ ਪ੍ਰਧਾਨ ਜੀ ਆਪਾਂ ਫਾਈਨਲ ਮੈਚ ਕਰਾ ਦਾਂਗੇ ਇਹਨਾਂ ਮੈਚਾਂ ਤੋਂ ਬਾਅਦ ਪੰਜ ਮੈਚਾਂ ਦੀ ਲਿਸਟ ਹੈ ਮੇਰੇ ਕੋਲੇ ਭਾਗਪੁਰ ਗਗੜਾ ਤੇ ਖੁਸਰ ਨਧੀਰ ਦਾ ਜਿਹੜਾ ਇਸ ਤੋਂ ਅਗਲਾ ਮੈਚ ਖੇਡਿਆ ਜਾਣਾ ਹੈ ਗਗੜੇ ਦੀ ਟੀਮ ਆ ਜਿਹੜੀ ਪੁੱਜ ਚੁੱਕੀ ਹੈ ਔਰ ਗਗੜੇ ਵਾਲਾ ਸਾਡਾ ਵੀਰ ਬਿੱਲਾ ਪੁੱਜਾ ਇੱਕ ਵਾਰੀ ਹੱਥ ਚੁੱਕ ਕੇ ਦਰਸ਼ਕਾਂ ਦੇ ਰੂਬਰੂ ਹੋਵੇਗਾ ਸੁਪਰ ਸਟਾਰ ਖਿਡਾਰੀ ਹੈ ਮਾਰੋ ਤਾੜੀਆਂ ਬਿੱਲੇ ਦੇ ਲਈ ਔਰ ਲੱਖਾ ਧਰਮ ਕੋਟੀਆ ਵੀ ਸਾਡਾ ਵੀਰ ਪੁੱਜਿਆ ਹੈ ਗਗੜੇ ਦੇ ਲਈ ਖੇਡੇਗਾ ਲੈ ਵੀ ਲੱਖਿਆ ਇੱਕ ਵਾਰੀ ਹੱਥ ਚੁੱਕ ਕੇ ਦਰਸ਼ਨ ਦੇਣੇ ਆ ਰੱਬ ਰੂਪੀ ਸੰਗਤਾਂ ਨੂੰ ਕਿਉਂਕਿ ਇਸ ਲੀਰ ਨੇ ਕੰਨਾਂ ਨਾਲ ਇੱਟਾਂ ਚੱਕਣੀਆਂ ਪਤੰਦਰਾ ਕਾਨਣਾ ਪਟਾਣੀ ਹੋਈ ਆ ਬਖੜਾ ਕਰ ਲਈ ਕਮੇਟੀ ਕੋਲੇ ਪੈਸੇ ਵੀ ਨਹੀਂ ਹੁੰਦੇ ਕਈ ਵਾਰੀ ਨਿੰਬੂ ਨੇ ਬਸੰਤ ਸਿਆ ਜਦੋਂ ਆ ਲੈਟ ਖਤਮ ਹੋ ਗਈ ਨਾ ਇਦੋਂ ਬਾਅਦ ਸਰਦਾਰ ਸਿੰਘ ਵਾਲਾ ਤੇ ਵਿਰੋਧੀ ਟੀਮ ਹੈਗੀ ਸਰਾਵਾਂ ਉਹਨਾਂ ਦੀ ਦੋਵੇਂ ਟੀਮਾਂ ਨੂੰ ਆਵਾਜ਼ ਦੇਦੀ ਇਹ ਹੈਗਾ 63 ਕਿਲੋ ਵਰਗ ਦੀਆਂ ਟੀਮਾਂ ਬਾਈ ਜੀ ਰਾਜੂ ਸਿੰਘ ਪਿੰਡ ਡਗਰੂ ਤੋਂ ਪੀਰ ਪਾਤਸ਼ਾਹ ਬਾਬਾ ਜੀ ਦੀ ਦਰਗਾਹ ਤੇ ਪਹੁੰਚ ਜਾਵੇ ਉੱਥੇ ਸਾਥੀ ਉਹਨੂੰ ਮਿਲਣਾ ਚਾਹੁੰਦੇ ਆ ਲੱਕੜ ਦਾ ਕੰਮ ਰਾਜੂ ਪਿੰਡ ਡਗਰੂ ਤੋਂ ਵੀਰ ਕਰਦਾ ਕਿਰਪਾ ਕਰਕੇ ਬਾਬੇ ਦੀ ਦਰਗਾਹ ਤੇ ਪਹੁੰਚ ਜਾਵੇ ਬੜੀ ਖੁਸ਼ੀ ਦੀ ਗੱਲ ਹੈ ਜਿੰਨਾ ਵੀ ਦਾਨੀ ਸੱਜਣਾ ਨੇ ਇਸ ਖੇਡ ਮੇਲੇ ਦੇ ਲਈ ਦਾਨ ਦਿੱਤਾ ਹੈ ਤੁਸੀਂ 4 ਦਿਨ ਤੋਂ ਲੈ ਕੇ ਮੇਲਾ ਦੇਖ ਰਹੇ ਹੋ ਸਾਰੇ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਹੈ ਮੈਚ ਵੀ ਸ਼ੁਰੂ ਹੋ ਚੁੱਕਿਆ ਹੈ ਸਕੋਰ ਵੀਰ ਜੀ ਸਾਡੇ ਟੀਮਾਂ ਨੋਟ ਕਰਨਗੇ ਪਿੰਡ ਵਾਲੇ ਪਾਸੇ ਰੋਡਿਆਂ ਦੀ ਟੀਮ ਆ ਗਈ ਹੈ ਪਿੰਡ ਵਾਲੇ ਪਾਸੇ ਰੋਡੇ ਪਿੰਡ ਦੀ ਟੀਮ ਹੈ ਜਿੱਥੋਂ ਦੇ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਦੇ ਜੰਮਣ ਭੋਈ ਹੈ ਔਰ ਦੂਸਰੇ ਪਾਸੇ ਟੀਮ ਰੱਜੀ ਵਾਲੇ ਦੀ ਹੈ ਇਹ ਚੜ੍ਹਦੇ ਵਾਲੇ ਪਾਸੇ ਹੈ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਹੈ ਰੋਡ ਵਾਲੇ ਪਾਸੇ ਹੈ ਜਿਹੜਾ ਦੌਲਤਪੁਰ ਤੋਂ ਮੋਗੇ ਨੂੰ ਰੋਡ ਜਾਂਦਾ ਔਰ ਪਹਿਲੀ ਰੇਡ ਦੇ ਨਾਲ ਆਪਾਂ ਜੁੜਾਂਗੇ
ਬੂਟਾ ਨਾਮ ਹੈ ਇਸ ਖਿਡਾਰੀ ਦਾ, ਇੱਕ ਸਾਡੇ ਕਲੱਬ ਦੇ ਬੂਟਾ ਪ੍ਰਧਾਨ ਜੀ ਹੈ, ਔਰ ਦੂਸਰੇ ਪਾਸੇ ਆ ਬੂਟਾ ਰੱਜੀ ਵਾਲੇ ਪਿੰਡ ਦਾ ਬਾਜੇ ਦੇ ਨਾਲ ਟੱਚ ਕੀਤਾ ਹੈ। ਆ ਨੌਜਵਾਨ ਪਾਕਿਸਤਾਨ ਖੇਡਿਆ ਏਸ਼ੀਆ ਕੱਪ ਰੋਡਾਂ ਦੀ ਧਰਤੀ ਦਾ ਬਾਜਾ, ਮੇਰੇ ਵੀਰੋ ਸੁਪਰ ਸਟਾਰ ਖਿਡਾਰੀ ਹੈ, ਇੱਕ ਕੌਂਕਿਆਂ ਦਾ ਬਾਜ ਬੜਾ ਮਸ਼ਹੂਰ ਖਿਡਾਰੀ ਰਿਹਾ। ਲਓ ਰੋਡਾਂ ਦੀ ਤਰਫੋ ਇਸ ਸਮੇਂ ਇਕਬਾਲ ਸਿੰਘ ਕਬੱਡੀ ਪਾ ਰਿਹਾ, ਚਾਰ ਜਾਫੀ ਰੱਜੀ ਵਾਲੇ ਪਿੰਡ ਦੇ। ਲਓ ਦੋ ਨੰਬਰ ਤੋਂ ਖੁੱਚ ਪੱਟੀ ਹੈ, ਕਰਾਤੀ ਹੈ ਬੱਲੇ ਬੱਲੇ, ਇੱਕ ਲੱਤ ਉੱਪਰ ਤੇ ਦੂਜੀ ਥੱਲੇ, ਅੰਕ ਜਾਫੀਆਂ ਦੇ ਹਿੱਸੇ ਹੈ। ਜੋ ਸਾਡੇ ਪਿੰਡ ਦੇ ਸਾਧੂ ਸਿੰਘ ਜੰਪਲ ਸਾਡੀ ਟੂਰਨਾਮੈਂਟ ਕਮੇਟੀ ਨੂੰ 1100 ਰੁਪਈਏ ਦਾ ਰਾਸ਼ੀ ਭੇਜ ਰਹੇ ਹੈ, ਸਾਡੀ ਟੂਰਨਾਮੈਂਟ ਕਮੇਟੀ ਸਾਧੂ ਸਿੰਘ ਦੇ ਰਣੀ ਹੈ, ਬਹੁਤ ਬਹੁਤ ਮਿਹਰਬਾਨੀ ਜੀ ਸਾਧੂ ਸਿੰਘ। ਚੱਲ ਵੀ ਸੁਣਿਆ ਪਾਵੀ ਕਬੱਡੀ ਨੌਜਵਾਨ ਹੈ, ਬੜਾ ਲੰਮਾ ਅਰਸਾ ਭਾਈ ਜੀ ਬਿੰਦਰ ਸਿੰਘ ਪੱਖਿਆਲਾ ਕਿਰਪਾ ਕਰਕੇ ਸਟੇਜ ਤੇ ਪਹੁੰਚੇ, ਬਿੰਦਰ ਸਿੰਘ ਪੱਖਿਆਲਾ ਬਹੁਤ ਲੰਮਾ ਸਮਾਂ ਹੋ ਗਿਆ ਇਸ ਖਿਡਾਰੀ ਨੂੰ ਕਬੱਡੀ ਦੇ ਨਾਲ ਜੁੜਿਆ। ਲਓ ਮੰਦਰ ਹੈ ਰੋਡਿਆਂ ਦੀ ਧਰਤੀ ਦਾ, ਦੋ ਸਕੇ ਭਰਾ ਕਹਿੰਦੇ ਵੀ ਕਬੱਡੀ ਜਗਤ ਦੇ ਵਿੱਚ ਖੇਡਦੇ ਹੈ, ਇੱਕ ਪਾਸੇ ਮੰਦਰ ਵੱਡਾ ਤਜਰਬਾ ਕਬੱਡੀ ਦਾ। ਲਓ ਸਾਹਮਣੇ ਪੈਂਦੇ ਪਟਾਕੇ ਉੜਦੀ ਧੂੜ ਦੇ ਵਿੱਚ, ਹੁਣ ਦੇਖਾਂਗੇ ਵੀ ਇਹ ਪੁਆਇੰਟ ਜਿਹੜਾ ਮੰਦਰ ਨੇ ਆਪਣੇ ਹਿੱਸੇ ਜੋੜ ਦਿੱਤਾ ਹੈ, ਜਿਹੜੀਆਂ ਓਪਨ ਦੀਆਂ ਟੀਮਾਂ ਉਹਨਾਂ ਵਾਸਤੇ ਸਾਡਾ ਕਾਊਂਟਰ ਬਣਾਇਆ। ਪੁਲਿਸ ਕਰਮਚਾਰੀ ਵੀਰਾਂ ਨੇ ਬੇਨਤੀ ਕੀਤੀ ਹੈ ਵੀ ਆਪਦੇ ਕੱਪੜੇ ਤਾਰ ਕੇ ਉਹ ਕਾਊਂਟਰ ਤੇ ਆਉਣ, ਬੜੈਣ ਸਣੇ ਪਾ ਕੇ ਕੋਈ ਵੀਰ ਅੰਦਰ ਨਾ ਜਾਵੇ। ਜੋ ਕਾਊਂਟਰ ਬਣਾਇਆ, ਜੋ ਟੀਮ ਕੱਪੜੇ ਤਾਰ ਕੇ ਆਉਂਦੀ ਉਸ ਕਾਊਂਟਰ ਤੇ ਖੜੇ। ਉਦੋਂ ਬਾਅਦ ਜਦੋਂ ਮੈਚ ਸਮਾਪਤ ਹੁੰਦਾ ਉਦੋਂ ਕਮੈਂਟਰੀ ਵੀਰ ਅੰਦਰ ਸੱਦਣਗੇ ਤੇ ਫੇਰ ਹੀ ਜਾਵੇ, ਦਰਸ਼ਕਾਂ ਨੂੰ ਇਤਰਾਜ ਕਰਦੇ ਆ ਜਦੋਂ ਤੁਸੀਂ ਵੀਰ ਅੰਦਰ ਜਾ ਕੇ। ਇਸ ਤੋਂ ਅਗਲੇ ਜਿਹੜੇ ਮੈਚ ਖੇਡੇ ਜਾਣੇ ਆ ਵੀ ਟੀਮਾਂ ਤਿਆਰੀ ਫੜ ਲੈਣ, ਭਾਗਪੁਰ ਗਗੜਾ ਤੇ ਖੋਸਾ ਰਣਧੀਰ ਦਾ ਜਿਹੜਾ ਮੈਚ ਖੇਡਿਆ ਜਾਣਾ ਹੈ। ਲਓ ਸਾਹਮਣੇ ਇਕਬਾਲ ਸਿੰਘ ਭੱਜਣ ਦੀ ਪੂਰੀ ਕੋਸ਼ਿਸ਼ ਕਰ ਰਿਹਾ, ਔਰ ਅੰਕ ਜਿਹੜਾ ਇਕਬਾਲ ਸਿੰਘ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਕਿ ਮੱਥਾ ਟੇਕ ਕੇ ਤੈਨੂੰ ਯਾਦ ਕਰਾਂ ਮੌਲਾ, ਸੱਚੇ ਮਨ ਨਾਲ ਮੇਰੀ ਫਰਿਆਦ ਮੌਲਾ, ਇੱਕ ਇੱਕ ਨੰਬਰ ਨਾਲ ਮੇਰੀ ਜਿੱਤ ਹੋਣੀ, ਭੱਜਾਂ ਰੇਡਾਂ ਤੇ ਖੁੱਲ ਜਾਣ ਭਾਗ ਮੌਲਾ, ਜਿਹੜੇ ਗੱਭਰੂ ਤੇ ਤੇਰੀ ਮਿਹਰ ਮੌਲਾ, ਉਹਦੇ ਸਿਰ ਸਜੇ ਕਬੱਡੀ ਦਾ ਤਾਜ ਮੌਲਾ, ਸ਼ਗਨ ਖੋਖਰ ਨੂੰ ਮਿਲੇ ਪਿਆਰ ਜੱਗ ਕੋਲੋਂ, ਐਸਾ ਬਖਸ਼ ਦੇ ਕੋਈ ਅੰਦਾਜ਼ ਮੌਲਾ, ਐਸਾ ਬਖਸ਼ ਦੇ ਕੋਈ ਅੰਦਾਜ਼ ਮੌਲਾ। ਅੰਦਾਜ਼ ਵੱਖਰਾ ਇਸ ਖਿਡਾਰੀ ਦਾ। ਲਓ ਸਾਹਮਣੇ ਤੇ ਕੀ ਫੈਸਲੇ ਹੋਣਗੇ, ਇੱਥੇ ਸਮੇਂ ਦੀ ਬਾਤ ਹੋਣੀ ਹੈ। ਔਰ ਬਰਾੜ ਸਾਹਿਬ ਨਹੀਂ ਮੰਨਦੇ ਵੀ ਇਹ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਹੈ। ਬਾਈ ਜੀ ਅਮਰ ਸਿੰਘ ਫਲੋਰ ਮਿਲ ਦੌਲਤ ਭਰਾ ਕਿਰਪਾ ਕਰਕੇ ਸਟੇਜ ਤੇ ਪਹੁੰਚੋ। ਬਾਈ ਜੀ ਅਮਰ ਸਿੰਘ ਜੀ ਆ ਜਾਓ ਇੱਥੇ। ਬਾਈ ਗੁਰਮੇਲ ਸਿੰਘ ਜੀ ਮੂਵ ਸਪਰੇ ਭੇਜੋ, ਗਰਾਊਂਡ ਦੇ ਵਿੱਚ ਮੂਵ ਸਪਰੇ ਖਿਡਾਰੀ ਮੰਗ ਰਹੇ ਹੈ। ਲਓ ਸਾਹਮਣੇ ਨਿੱਕਾ ਇਸ ਸਮੇਂ ਰੱਜੀ ਵਾਲੇ ਪਿੰਡ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ। ਔਰ ਮੰਦਰ ਰੋਡਿਆਂ ਦੀ ਧਰਤੀ ਸਿੱਖ ਇਤਿਹਾਸ ਦੇ ਨਾਲ ਵੀ ਜੁੜਿਆ ਪਿੰਡ ਹੈ,
ਰੋਡੇ ਪਿੰਡ ਬੜਾ ਮਸ਼ਹੂਰ ਹੈ, ਜਿੱਥੋਂ ਦਾ ਕਾਲਜ ਬੜਾ ਮਸ਼ਹੂਰ ਹੈ, ਵੈਸੇ ਤੇ ਰੋਡੇ ਲੰਡੇ ਮਸ਼ਹੂਰ ਹੈ, ਕਿਉਂਕਿ ਲੰਡੇ ਪਿੰਡ ਆਡਾ ਹੈ, ਰੋਡੇ ਪਿੰਡ ਆਡਾ ਹੈ। ਲਓ ਸਾਹਮਣੇ ਮੰਦਿਰ ਆਏ ਸਮੇਂ ਰੋਡਿਆਂ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਵਾਸਤੇ ਜੋੜ ਚੁੱਕੇ ਹੈ। ਸੋਨੂੰ ਪੂੰਜਿਆ ਪਸੀਨਾ ਆਏ ਸਮੇਂ ਸੋਨੂੰ ਰੱਜੀ ਵਾਲੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਜ ਚੁੱਕੇ ਹੈ। ਇੱਕ ਪਾਸੇ ਆਪਾਂ ਵੇਖਾਂਗੇ ਵੀ ਲੱਤੀ ਲੱਗਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਮੁੱਲ ਨਹੀਂ ਪੈਂਦਾ ਯਾਰੋ ਕਾਰ ਤੁਸ ਚੱਲੇ ਦਾ, ਖੇਡਾਂ ਵਿੱਚੋਂ ਖੇਡ ਕਬੱਡੀ ਤੇ ਜੱਫਾ ਕੱਲੇ ਕੱਲੇ ਦਾ, ਖੇਡਾਂ ਵਿੱਚੋਂ ਖੇਡ ਕਬੱਡੀ ਤੇ ਜੱਫਾ ਕੱਲੇ ਕੱਲੇ ਦਾ। ਸੋ ਕੱਲੇ ਕੱਲੇ ਦੀ ਟੱਕਰ ਹੈ। ਇਕਬਾਲ ਸਿੰਘ ਰੋਡਿਆਂ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਰੱਜੀ ਵਾਲੀ ਦੀ ਧਰਤੀ ਦੇ ਚਾਰ ਜਾਫੀ ਦੋ ਨੰਬਰ ਤੋਂ ਕੋਸ਼ਿਸ਼ ਕੀਤੀ ਹੈ ਤੱਕਣ ਦੀ। ਲਓ ਸਾਹਮਣੇ ਸਾਨਾ ਦਾ ਭੇੜ, ਮੁਕਾਬਲਾ ਸਖਤ ਕਿ ਦੋਨਾਂ ਉੱਤੇ ਜ਼ੋਰ ਜਵਾਨੀ, ਚੜਿਆ ਮਾਰ ਛੜੱਪੇ ਜਾਫੀ ਕਹਿੰਦਾ ਜਾਨ ਨਹੀਂ ਦੇਣਾ, ਜਾਮ ਕਰ ਦੂ ਚੱਕੇ ਰਾਜਲ ਹੇੜੀ ਦੋਵਾਂ ਦੀ ਹੀ ਉਲਝ ਗਈ ਏ ਤਾਣੀ, ਆ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਕੋਈ ਨਿਤਰੂ ਬੜੇ ਮੇ ਖਾਣੀ, ਆ ਕੁੰਡੀਆਂ ਦੇ ਸਿੰਘ ਫਸ ਗਏ। ਲਓ ਬੂਟਾ ਬਾਜੇ ਨੂੰ ਟੱਚ ਕਰਕੇ ਵਾਪਸ ਮੁੜਿਆ। ਬਾਈ ਜੀ ਦੋ ਨੰਬਰ ਸਟੇਜ ਤੇ ਜਾ ਪਹੁੰਚਦੀ ਕਰ ਦਿਓ ਵੇਟਰ ਵੀਰ ਦੋ ਨੰਬਰ ਤੇ। ਹੈਲੋ, ਸਾਊਂਡ ਸਿਸਟਮ ਥੋੜਾ ਜਿਹਾ ਧਿਆਨ ਦਿਓ, ਥੋੜੀ ਜਿਹੀ ਆਵਾਜ਼ ਘਟਾ ਦਿਓ ਮੇਰੇ ਵੀਰ, ਬੇਸ ਜਿਹਾ ਦੇ ਦਿਓ ਮਾੜਾ ਜਿਹਾ ਸੈੱਟ ਹੈ, ਇੱਥੇ ਹੀ ਰਹਿਣ ਦਿਓ, ਥੋੜੀ ਆਵਾਜ਼ ਘਟਾ ਦਿਓ। ਹਾਂ ਭਲੂਰ ਆ ਗਈ ਬਾਈ, ਠੀਕ ਹੈ, ਚਮਕੌਰ ਸਿੰਘ ਦੇ ਪਿੰਡ ਦੀ ਟੀਮ ਆ ਗਈ ਆ ਬਾਈ ਜੀ, ਧੰਨਵਾਦ ਇਹਨੇ ਫੋਨ ਸ਼ੈਂਦ ਕੀਤਾ, ਉਹ ਰਾਤ ਇਹਨੂੰ ਆਖਿਆ ਸੀਗਾ। ਲਓ ਇੱਕ ਪਾਸੇ ਗੋਗੋ ਰੋਡਿਆਂ ਵਾਲਾ ਔਰ ਦੂਸਰੇ ਪਾਸੇ ਆਪਾਂ ਤੱਕ ਰਹੇ ਹੈ ਵੀ ਨੌਜਵਾਨ ਨਿੱਕਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਰੱਜੀ ਵਾਲੇ ਪਿੰਡ ਦਾ, ਔਰ ਮੰਦਰ ਅਗਲੀ ਕਬੱਡੀ ਪਾ ਰਹੇ ਹੈ ਖੇਡ ਮੈਦਾਨ ਦੇ ਵਿੱਚ ਰੋਡਿਆਂ ਦੀ ਤਰਫੋਂ, ਔਰ ਵੇਖਾਂਗੇ ਵੀ ਸਾਹਮਣੇ ਕਿਹੜਾ ਖਿਡਾਰੀ ਵੱਧ ਕੇ ਕੋਸ਼ਿਸ਼ ਕਰਦਾ ਕਿ ਗੱਭਰੂ ਦੇਸ਼ ਪੰਜਾਬ ਦੇ ਦੇਖੋ ਜੁੱਸਿਆਂ ਦੇ ਵਿੱਚ ਜਾਨ, ਗੱਜ ਗੱਜ ਚੌੜੀਆਂ ਛਾਤੀਆਂ, ਇਹ ਦੰਦੇ ਠੱਲ ਤੂਫਾਨ, ਇਹ ਅੰਬਰੀ ਗੁੱਡੀ ਚਾੜਦੇ ਟਾਕੀ ਲਾਉਂਦੇ ਵਿੱਚ ਸਮਾਨ, ਇਹ ਤਨ ਮਨ ਦੇ ਨਾਲ ਜੂਝਦੇ ਬਾਰਡਰ ਹੋਵੇ ਜਾਂ ਖੇਡ ਮੈਦਾਨ, ਇਹਨਾਂ ਦੇ ਕੰਧਿਆਂ ਉੱਤੇ ਝੂਲਦੀ ਯਾਰੋ ਦੇਸ਼ ਕੌਮ ਦੀ ਸ਼ਾਨ, ਤਾਂ ਜੋ ਰੱਬ ਵਰਗਾ ਹੈ ਦੋਸਤੋ ਵੜਿੰਗ ਇਹਨਾਂ ਤੇ ਮਾਨ, ਵੜਿੰਗ ਇਹਨਾਂ ਤੇ ਮਾਨ। ਸੋਨਾ ਰੱਜੀ ਵਾਲੇ ਪਿੰਡ ਦਾ ਪੁਆਇੰਟ ਲੈ ਕੇ ਵਾਪਸ ਮੁੜਿਆ, ਔਰ ਜਿੰਦਰ ਕੋਕਰੀ ਵਾਲਾ ਅਗਲੀ ਕਬੱਡੀ ਪਾ ਰਿਹਾ। ਗਿੱਲ ਹਰਦੀਪ ਦਾ ਪਿੰਡੂ ਆ ਮੇਰੇ ਵੀਰਿਓ, ਕਿਉਂਕਿ ਗਿੱਲ ਹਰਦੀਪ ਦਾ ਪਿੰਡ ਵੀ ਕੋਕਰੀ ਹੈ। ਲਓ ਕੋਕਰੀ ਵਾਲਾ ਜਿੰਦਰ ਔਰ ਕੀ ਫੈਸਲੇ ਹੈ, ਬਰਾੜ ਹਰੀ ਕੇ ਕਲਾਂ ਵਾਲੇ ਜਗਦੀਪ ਸਿੰਘ ਜੀ ਫੈਸਲੇ ਕਰ ਰਹੇ ਹੈ, ਔਰ ਦੂਸਰੇ ਪਾਸੇ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਸਵਾਵਾਂ ਵੀ ਦੇ ਰਹੇ ਹੈ ਕੌਰ ਸਿੰਘ ਜੀ ਮਚਾਕੀ ਵਾਲੇ, ਦੂਸਰੇ ਪਾਸੇ ਰੈਫਰੀਸ਼ਿਪ ਦੀਆਂ ਜਿਹੜੀਆਂ ਸਵਾਵਾਂ ਦੇ ਰਹੇ ਹੈ, ਨਾਲ ਬੂਟਾ ਮਨਸੂਰ ਕੋਚ ਔਰ ਭੀਰੀ ਬੰਬ ਜੀ, ਇਹ ਚਾਰੇ ਵੀਰਾਂ ਦਾ ਸੈੱਟ ਹੈ। ਮਾਈਕ ਟੂ ਸਟੇਜ ਘੋਟਿਆ ਇੱਥੇ ਕਲੀ ਪੁਆਲਾ ਸੱਦ ਕੇ ਇੱਥੇ ਜਿੱਥੇ ਖਿਡਾਰੀ ਦੋਵਰਾ ਬਾਹਰ ਨਿਕਲਿਆ ਹੋ, ਰੌਲਾ ਨਾ ਕੋਈ ਪੈ ਜੇ, ਟੀਮਾਂ ਆਪਣੇ ਕੋਲੇ ਬਹੁਤ ਤਕੜੀਆਂ ਪਹੁੰਚੀਆਂ ਸਾਰੀਆਂ ਹੀ। ਇਸ ਤੋਂ ਅੱਗੇ ਭਾਗਪੁਰ ਗਗੜਾ ਤੇ ਖੋਸਾ ਰਣਧੀਰ ਦਾ ਜਿਹੜਾ ਮੈਚ ਖੇਡਿਆ ਜਾਣਾ ਹੈ, ਇਹ ਵੀ ਦੋਨੋਂ ਟੀਮਾਂ ਆਪਣੀ ਤਿਆਰੀ ਫੰਡ ਗਈਆਂ। ਚੱਲ ਵੀ ਇਕਬਾਲ ਸਿੰਘ ਪਾਵੀ ਰੇਡ ਨੌਜਵਾਨ ਹੈ, ਇਕਬਾਲ ਰੋਡੇ ਪਿੰਡ ਜ਼ਿਲ੍ਹਾ ਕਹਿੰਦੇ ਮੋਗਾ, ਬਿਲਕੁਲ ਬਾਗੇ ਪੁਰਾਣੇ ਦਾ ਏਰੀਆ ਇਸ ਖਿਡਾਰੀ ਦਾ,
ਔਰ ਦੂਸਰੇ ਪਾਸੇ ਰੱਜੀ ਵਾਲਾ ਪਿੰਡ ਵੀ ਬੜਾ ਮਸ਼ਹੂਰ ਪਿੰਡ ਹੈ ਔਰ ਇਕਬਾਲ ਛਾਤੀ ਟੱਚ ਕਰ ਵਾਪਸ ਅੰਕ ਆਪਣੀ ਟੀਮ ਦੇ ਲਈ ਜੋੜ ਚੁੱਕੇ ਹੈ ਕਿ ਛਾਤੀ ਦੇ ਵਿੱਚ ਜ਼ੋਰ ਹੋਵੇ ਲੋਕੀ ਤਾਂ ਪੁੱਛਦੇ ਸਰਨਾਮਾ ਹਰਜੀਤ ਬਰਾੜ ਜਹੇ ਵਿਰਲੇ ਪੁੱਤ ਜੰਮਦੀਆਂ ਮਾਮਾ ਹਰਜੀਤ ਬਰਾੜ ਜਹੇ ਵਿਰਲੇ ਪੁੱਤ ਜੰਮਦੀਆਂ ਮਾਮਾ ਇੱਕ ਪਾਸੇ ਗੋਗੋ ਰੋਡਾਂ ਦੀ ਧਰਤੀ ਦਾ ਹੈ ਔਰ ਦੂਸਰੇ ਪਾਸੇ ਨਿੱਕਾ ਇੱਕ ਨਿੱਕਾ ਜਰਗੜੀ ਦਾ ਬੜਾ ਮਸ਼ਹੂਰ ਹੈ ਔਰ ਦੇਖੋ ਵੀ ਸਾਹਮਣੇ ਨਿੱਕਾ ਰੱਜੀ ਵਾਲੇ ਪਿੰਡ ਦਾ ਗੋਗੋ ਤੋਂ ਪੁਆਇੰਟ ਲੈ ਕੇ ਵਾਪਸ ਮੁੜਿਆ ਇੱਕ ਗੋਗੋ ਕਹਿੰਦੇ ਵੀ ਦੀਨੇ ਦਾ ਬੜਾ ਮਸ਼ਹੂਰ ਖਿਡਾਰੀ ਰਿਹਾ ਹਰਜੀਤ ਬਰਾੜ ਦੇ ਨਾਲ ਖੇਡਦਾ ਸੀਗਾ ਲਓ ਮੰਦਰ ਐਸਮੇ ਆ ਜਾ ਮੋਟਾ ਸਿਆ ਇਹਦਾ ਬੁੜੇ ਚਾਚੇ ਬਲਵੀਰ ਸਵਰਗੇ ਦਾ ਜਾ ਕੇ ਪੀ ਆਉਣੀ ਇਹਨਾਂ ਦਾ ਕੋਈ ਨਹੀਂ ਮੰਦਰ ਰੋਡਿਆਂ ਵਾਲਾ ਐਸਮੇ ਅੰਕ ਆਪਣੀ ਟੀਮ ਦੇ ਲਈ ਜੋੜ ਚੁੱਕੇ ਹੈ ਸੋਨੂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਇੱਕ ਕਹਿੰਦੇ ਵੀ ਇਬਰਾਹਿਮ ਪਿੰਡ ਦਾ ਸੋਨੂ ਜੰਪ ਬੜਾ ਮਸ਼ਹੂਰ ਹੈ ਜਿਹਨੇ ਸੈਕਿੰਡ ਪਰਲ ਵਰਲਡ ਕਬੱਡੀ ਕੱਪ ਖੇਡਿਆ ਲਓ ਸਾਹਮਣੇ ਆ ਸੋਨੂ ਰੱਜੂ ਵਾਲੇ ਪਿੰਡ ਦਾ ਕਬੱਡੀ ਪਾ ਰਿਹਾ ਉਧਰਲੇ ਪਾਸੇ ਸਿੱਖ ਸਰਦਾਰ ਪਰ ਟੈਕਨੀਕਲ ਪੁਆਇੰਟ ਜਿਹੜਾ ਇਹ ਸੋਨੂ ਰੱਜੀ ਵਾਲੇ ਦੇ ਹਿੱਸੇ ਹੈ ਇਹ ਪੁਆਇੰਟ ਜਿਹੜਾ ਧਾਬੀ ਦੇ ਹਿੱਸੇ ਹੈ ਕਿ ਬਾਜਾਂ ਵਾਲਿਆ ਆਨੰਦਪੁਰ ਛੱਡ ਦਿੱਤਾ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਬੋਲਿਆ ਖੂਨ ਤੂੰ ਕੌਮ ਲਈ ਸ਼ਹਿਨਸ਼ਾਹ ਜੀ ਬਾਲਾ ਕਿਸੇ ਪਾਸੇ ਤੇ ਥੋੜਾ ਕਿਸੇ ਪਾਸੇ ਮਾਂ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਬਾਜ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ ਮਾਛੀ ਬਾੜੇ ਦੇ ਜੰਗਲਾਂ ਵਿੱਚ ਅੰਨ ਸੁੱਤਾ ਕਲਗੀ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ ਮਾਈਕ ਟੂ ਸਟੇਜ ਬਾਈ ਜੀ ਗੁਰਮੇਲ ਸਿੰਘ ਸੰਧੂ ਵੱਲੋਂ ਜੋ ਸਿੱਖੀ ਸਰੂਕ ਦੇ ਵਿੱਚ ਰੇਡਰ ਜਾਂ ਸਟਾਪਰ ਜੱਫਾ ਲਾਉਂਦਾ ਇੱਕ 100 ਰੁਪਈਆ ਸਪੈਸ਼ਲ ਨਾਮ ਦਿੱਤਾ ਜਾਊਗਾ ਜੀ ਦੱਸੋ ਜੀ ਕਿਹੜੀ ਟੀਮ ਜੇਤੂ ਹੈ ਇਸ ਮੁਕਾਬਲੇ ਚੋਂ ਰੱਜੀ ਵਾਲੇ ਪਿੰਡ ਦੀ ਟੀਮ ਜੇਤੂ ਟੀਮ ਹੈ ਜੀ ਨੋਟ ਕਰਿਓ ਜੀ ਰੱਜੀ ਵਾਲੇ ਪਿੰਡ ਦੀ ਬਾਈ ਕਲੀ ਵਾਲਾ ਕਿੱਥੇ ਆ ਬਾਈ ਕਲੀ ਵਾਲਾ ਵੀਰ ਕਲੀ ਲੈ ਕੇ ਆਵੇ ਬਾਈ ਜੀ ਇੱਥੇ ਆ ਕੇ ਪਾਵੇ
ਹੈਲੋ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਬਸੰਤ ਸਿਆ ਮਗਰੋਂ ਜਿਹੜਾ ਫਾਈਨਲ ਸੱਦਾ ਸਿੰਘ ਵਾਲਾ ਤੇ ਸਰਾਵਾਂ ਆ ਜਿਹੜੀ ਤੇਰੇ ਕੋਲੇ ਪਰਚੀ ਪਹੁੰਚੀ ਹੋਈ ਆ ਟੀਮਾਂ ਦੀ ਇਸ ਤੋਂ ਬਾਅਦ ਬੁਲਾ ਠੀਕ ਹੈ ਜੀ ਦੋ ਮੈਚ ਬਾਕੀ ਹੈ ਮੇਰੇ ਕੋਲੇ ਗਿੱਲ ਸਿੰਘ ਜੀ ਤੇ ਤੀਸਰਾ ਮੈਚ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਖੋਸਾ ਰਣਜੀਤ ਤੇ ਭਾਗਸਰ ਭਾਗਪੁਰ ਗਗੜੇ ਦਾ ਟੀਮਾਂ ਨੋਟ ਕਰ ਰਹੀਆਂ ਵੀਰ ਜੀ ਸਕੋਰ ਵੀਰ ਨੇ ਭਾਗਪੁਰ ਗਗੜੇ ਦੀ ਟੀਮ ਜਿਹੜੀ ਪਿੰਡ ਵਾਲੇ ਪਾਸੇ ਆ ਗਈ ਆ ਭਾਗਪੁਰ ਗਗੜੇ ਦੀ ਟੀਮ ਔਰ ਦੂਸਰੇ ਪਾਸੇ ਟੀਮ ਜਿਹੜੀ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਆ ਚੜ੍ਹਦੇ ਵਾਲੇ ਪਾਸੇ ਆ ਟੈਂਟ ਵਾਲਿਆਂ ਵੀਰਾਂ ਨੂੰ ਬੇਨਤੀ ਆ ਕਿਰਪਾ ਕਰਕੇ ਸਟੇਜ ਤੇ ਪਾਣੀ ਪਹੁੰਚਦਾ ਕਰ ਦਿਓ ਟੈਂਟ ਵਾਲੇ ਵੀਰ ਖੋਸਾ ਰਣਧੀਰ ਦੀ ਟੀਮ ਆ ਜਿਹੜੀ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਹੈ ਔਰ ਪਹਿਲੀ ਕਬੱਡੀ ਆਪਾਂ ਦੇਖ ਰਹੇ ਹੈ ਵੀ ਗੋਲੂ ਗਗੜੇ ਦਾ ਉਧਰਲੇ ਪਾਸੇ ਫਿੱਟੂ ਇੱਕ ਬਲਵਿੰਦਰ ਫਿੱਟਾ ਕਹਿੰਦੇ ਵੀ ਬੜਾ ਮਸ਼ਹੂਰ ਕਬੱਡੀ ਦਾ ਮਹਾਰਥੀ ਰਿਹਾ ਔਰ ਦੂਸਰੇ ਪਾਸੇ ਗੋਲੂ ਇਸ ਸਮੇਂ ਗਗੜੇ ਵਾਲਾ ਪੁਆਇੰਟ ਲੈ ਕੇ ਵਾਪਸ ਮੁੜਿਆ ਹੈ ਔਰ ਆਪਾਂ ਵੇਖਾਂਗੇ ਵੀ ਸਾਹਮਣੇ ਟੇਕ ਧਰਤੀ ਮਾਂ ਨੂੰ ਮੱਥਾ ਇਸ ਸਮੇਂ ਕਾਲੂ ਕਬੱਡੀ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਇੱਕ ਕਹਿੰਦੇ ਵੀ ਕਾਲੂ ਰਸੂਰਪੁਰੀਆ ਬੜਾ ਮਸ਼ਹੂਰ ਹੈ ਸਰਦਾਰ ਗੁਰਦੇਵ ਸਿੰਘ ਜੀ ਮੌਜੂਦਾ ਮੈਂਬਰ ਨੇ ਜੇਕਰ ਖੋਸੇ ਰਣਧੀਰ ਦੀ ਟੀਮ ਜਿੱਤਦੀ ਹੈ ਇਸ ਮੁਕਾਬਲੇ ਵਿੱਚੋਂ ਤੇ 500 ਰੁਪਇਆ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੋਵੇਗਾ ਔਰ ਸਰਦਾਰ ਗੁਰਦੇਵ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਵੱਲੋਂ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਹੈ ਔਰ ਇਧਰਲੇ ਪਾਸੇ ਦੁਨੀਆਂ ਦਾ ਸੁਪਰ ਸਟਾਰ ਖਿਡਾਰੀ ਧਰਮਕੋਟ ਪਿੰਡ ਹੈ ਲੱਖਾ ਨਾਮ ਹੈ ਇੱਕ ਗਾਜੀਪੁਰ ਦਾ ਲੱਖਾ ਬੜਾ ਮਸ਼ਹੂਰ ਹੈ ਪਰ ਕੀ ਫੈਸਲੇ ਹੈ ਅੰਕ ਕਹਿੰਦੇ ਵੀ ਲੱਖੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਇੱਕ ਪਾਸੇ ਅਮਨਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਉਧਰਲੇ ਪਾਸੇ ਬਿੱਲਾ ਗਗੜੇ ਪਿੰਡ ਦਾ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਕੌਰ ਸਿੰਘ ਜੀ ਫੈਸਲੇ ਕਰ ਰਹੇ ਹੈ ਵੀ ਅੰਕ ਜਿਹੜਾ ਧਾਬੀ ਦੇ ਹਿੱਸੇ ਹੈ ਅੰਕ ਜਿਹੜਾ ਰਿਡਰ ਦੇ ਹਿੱਸੇ ਹੈ ਮੈਂ ਇੱਥੋਂ ਪਹਿਲਾਂ ਬਹੁਤ ਹੀ ਪਿਆਰੀ ਆਵਾਜ਼ ਤੁਸੀਂ ਸੁਣੀ ਹੈ ਸਾਡਾ ਵੀ ਰਾਜ ਮੇਹਰ ਸਿੰਘ ਵਾਲੇ ਦਾ ਇਸੇ ਤਰ੍ਹਾਂ ਹੀ ਸੁਰਿੰਦਰ ਕਹਿੰਦੇ ਵੀ ਚੂੜ ਚੱਕੀ ਆ ਨਾਲ ਸਾਡਾ ਵੀਰ ਗੁਰਚਰਨ ਸਨੇਰ ਸਾਡਾ ਭਰਾਵਾਂ ਵਾਲਾ ਪਿਆਰ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਔਰ ਇਧਰਲੇ ਪਾਸੇ ਟੈਕਨੀਕਲ ਪੁਆਇੰਟ ਡਬਲ ਟੱਚ ਆਵੇਂ ਸਾਡੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਸੱਜਣਾ ਲਓ ਚਲਾਕੀ ਦੇ ਨਾਲ ਗੋਲੂ ਇਸ ਸਮੇਂ ਗਗੜੇ ਵਾਲਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਉਹ ਸੋਹਣੇ ਇਧਰਲੇ ਪਾਸੇ ਕਾਲੂ ਫੇਰ ਕਬੱਡੀ ਪਾ ਰਿਹਾ ਇੱਕ ਕਾਲਾ ਗਾਜੀਆਣਾ ਦੂਜਾ ਥਾਂਦੇ ਵਾਲ ਦਾ ਤੀਜਾ ਕਾਲਾ ਮਾਨੂਪੁਰੀਆ ਚੇਲਾ ਦੇਵੀ ਦਿਆਲ ਦਾ ਚੌਥਾ ਕਾਲਾ ਮਹਿਣੇ ਦਾ ਤੇ ਪੰਜਵਾਂ ਏ ਟਹਿਣੇ ਦਾ ਛੇਵਾਂ ਕਾਲਾ ਵਜੰਦਾ ਦਾ ਤੂਫਾਨ ਮਿੱਤਰੋ ਕਾਲੇ ਤੇ ਕਬੱਡੀ ਦੀ ਹੈ ਸ਼ਾਨ ਮਿੱਤਰੋ ਕਾਲੇ ਤੇ ਕਬੱਡੀ ਦੀ ਹੈ ਸ਼ਾਨ ਮਿੱਤਰੋ ਬਿੱਲੇ ਗਗੜੇ ਨੇ ਜਫਾ ਲਾਇਆ ਬੱਲੇ ਬੱਲੇ ਹੋ ਗਈ ਇਧਰਲੇ ਪਾਸੇ ਲੱਖਾ ਫੇਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਕਹਿੰਦੇ ਕਹਾਉਂਦੇ ਧਾਪ ਜਾਫੀਆਂ ਤੋਂ ਆਉਂਦਾ ਨਾ ਲੋਟ ਪਈ ਨਾ ਇਹ ਲੱਖਾ ਤੇ ਪਿੰਡ ਧਰਮਕੋਟ ਪਈ ਲਓ ਧਰਮਕੋਟ ਦੀ ਧਰਤੀ ਦਾ ਲੱਖਾ
ਐਸਵੇ ਕਬੱਡੀ ਪਾਉਂਦਾ ਹੋਇਆ ਉਧਰਲੇ ਪਾਸੇ ਆਪਾਂ ਵੇਖਦੇ ਹੈ ਵੀ ਸ਼ਿੰਦੇ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਨਵਾਂ ਲੈ ਲਿਆ ਟਰੱਕ ਸ਼ਿੰਦੇ ਯਾਰ ਨੇ ਤੇ ਬਾਬਿਆਂ ਨੂੰ ਚੱਲ ਚੱਲੀਏ, ਪਰ ਅੰਕਿਲਾ ਲੱਖੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਸਰਦਾਰ ਗੁਰਦੇਵ ਸਿੰਘ ਜੀ ਮੈਂਬਰ ਸਾਹਿਬ ਜੇ ਕਹਿੰਦੇ ਵੀ ਖੋਸੇ ਰਣਧੀਰ ਦੀ ਟੀਮ ਜਿੱਤਦੀ ਹੈ ਤੇ 500 ਰੁਪਏ ਦੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦਿੱਤੇ ਜਾਣਗੇ। ਲਓ ਅਮਣਾ ਕਬੱਡੀ ਪਾ ਰਿਹਾ, ਉਧਰ ਲੱਤੀ ਲੱਗਣ ਦੀ ਕੋਸ਼ਿਸ਼ ਬਿੱਲੇ ਨੇ ਕੀਤੀ ਹੈ। ਕਹਿੰਦੇ ਵੀ ਸਭ ਤੋਂ ਪਹਿਲੇ ਵੇਲੇ ਬਿੱਲੇ ਭਿੰਡਰਾਂ ਵਾਲੇ ਦਾ ਨਾਂ ਦੁਨੀਆਂ ਦੇ ਕਬੱਡੀ ਦੇ ਇਤਿਹਾਸ ਦੇ ਵਿੱਚ ਦਰਜਾ ਗਿਆ, ਫਿਰ ਆ ਬਿੱਲਾ ਗਗੜੇ ਵਾਲਾ ਔਰ ਦੂਸਰੇ ਪਾਸੇ ਗੋਲੂ ਗਗੜੇ ਵਾਲਾ, ਜਿੱਥੋਂ ਦਾ ਧੰਨਾ ਗਗੜੇ ਦਾ ਬੜਾ ਮਸ਼ਹੂਰ ਰਿਹਾ, ਜਿੱਥੋਂ ਦਾ ਜਸ ਬੜਾ ਮਸ਼ਹੂਰ ਰਿਹਾ, ਬਿਲਕੁਲ ਉਸਦੀ ਟੀਮ ਹੈ, ਉਸਦੇ ਪਿੰਡ ਦੀ ਟੀਮ ਹੈ ਔਰ ਸ਼ਿੰਦਾ ਪੂਰੀ ਕੋਸ਼ਿਸ਼ ਕਰਦਾ, ਪਰ ਗੋਲੂ ਵੀ ਅਕੈਡਮੀਆਂ ਦੇ ਦਰਮਿਆਨ ਖੇਡਦਾ ਹੈ, ਅੰਤਰਰਾਸ਼ਟਰੀ ਖਿਡਾਰੀ ਹੈ, ਸਿਰੇ ਦਾ ਖਿਡਾਰੀ ਹੈ ਔਰ ਅੰਕ ਆਪਣੀ ਟੀਮ ਦੇ ਹਿੱਸੇ ਇਸ ਖਿਡਾਰੀ ਨੇ ਜੋੜ ਦਿੱਤਾ ਹੈ। ਲਓ ਸਾਹਮਣੇ ਕਾਲੂ ਫੇਰ ਕਬੱਡੀ ਪਾ ਰਿਹਾ ਕਿ ਸਾਡਾ ਕਾਲਾ ਹੀ ਸਰਦਾਰ ਨੀ ਗੋਰਿਆਂ ਨੂੰ ਦਫਾ ਕਰੋ, ਸਾਡਾ ਕਾਲਾ ਹੀ ਸਰਦਾਰ। ਇੱਕ ਪਾਸੇ ਕਹਿੰਦੇ ਵੀ ਆਪਾਂ ਵੇਖਾਂਗੇ, ਮੁਕਾਬਲਾ ਪੂਰਾ ਸਖਤ ਹੋ ਚੁੱਕਿਆ ਹੈ। ਤੋਤਾ ਸਿੰਘ ਵਾਲ ਦੀ ਟੀਮ ਮੈਦਾਨ ਦੇ ਵਿੱਚ ਪੁੱਜ ਗਈ ਹੈ, ਚਗਾਵਾਂ ਦੀ ਟੀਮ ਆਪਣੀ ਤਿਆਰੀ ਫੜੇ ਔਰ ਮੈਂ ਬੇਨਤੀ ਕਰਾਂਗਾ ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਜੀ ਕਮੈਂਟਰੀ ਦੇ ਲਈ ਸਦਾ ਦੇਣਾ ਹੈ ਵੀ ਕਿਹੜੇ ਕਿਹੜੇ ਸੱਜਣ ਆਪਾਂ ਉਹ ਮੈਨੂੰ ਤੁਸੀਂ ਦੱਸ ਦਿਓ, ਕਿਉਂਕਿ ਤਾਲਮੇਲ ਦੇ ਨਾਲ ਆਪਾਂ ਉਸੇ ਤਰ੍ਹਾਂ ਹੀ ਮੈਂ ਆਵਾਜ਼ ਦੇ ਦੇਵਾਂਗਾ ਕਿਉਂਕਿ ਗਰਮੀ ਥੋੜੀ ਜ਼ਿਆਦਾ ਹੈ। ਬਾਈ ਜੀ ਇੱਕ ਤਾਂ ਗੁਰਚਰਨ ਸਿੰਘ ਏਰੀਆ, ਇੱਕ ਰਾਜ ਮੇਹਰ ਸਿੰਘ ਵਾਲਾ, ਹੋਰ ਠੀਕ ਹੈ ਜੀ। ਰਾਜ ਸਾਡਾ ਵੀਰ ਆਪਣੀ ਤਿਆਰੀ ਫੜੇਗਾ ਇਸ ਤੋਂ ਬਾਅਦ, ਕਿਉਂਕਿ ਗਰਮੀ ਥੋੜੀ ਜ਼ਿਆਦਾ, ਆਪਾਂ ਤਿੰਨ ਤਿੰਨ ਚਾਰ ਚਾਰ ਮੈਚ ਇਸੇ ਤਰ੍ਹਾਂ ਬੋਲਾਂਗੇ ਕਿਉਂਕਿ ਕਬੱਡੀਆਂ ਵੀ ਲਗਾਤਾਰ।